ਹਾਂਜੀ ਬਿੱਤੂ, ਸਤਿ ਸ਼੍ਰੀ ਅਕਾਲ, ਠੀਕ ਠਾਕ? ਹਾਂਜੀ, ਕਰ ਲਿਆ ਬ੍ਰੇਕਫਾਸਟ? ਅੱਛਾ, ਅੱਜ ਫ੍ਰੀ ਜਿਹੇ ਹੋਏ ਹੋਣੇ, ਰਿਲੈਕਸ ਜਿਹੇ ਹੋਏ ਹੋਣੇ ਅੱਜ? ਕਿੱਦਾਂ ਫਿਰ ਸੈਲੀਬ੍ਰੇਸ਼ਨਸ ਕਿੱਦਾਂ ਹੋਈ ਹੈ ਕੱਲ? ਕੱਲ ਕਿੱਦਾਂ ਸੈਲੀਬ੍ਰੇਟ ਕੀਤਾ? ਸੈਲੀਬ੍ਰੇਟ ਬਹੁਤ ਜੀ, ਜਦੋਂ ਚੇਤਨ ਤੋਂ ਬਾਅਦ ਵੇਖੇ ਹੋ ਨਾ ਉਦੋਂ ਟੀਵੀ ਤੇ ਭੰਗੜੇ ਪਾ ਕੇ ਪ੍ਰਧਾਨ ਮੰਤਰੀ ਸਾਹਿਬ ਤੋਂ ਵੀ ਫੋਨ ਆਇਆ ਸੀ। ਹਾਂਜੀ ਹਾਂਜੀ, ਸਭ ਤੋਂ ਵੀ ਆਇਆ, ਉਹਨਾਂ ਵੀ ਕੰਗ੍ਰੈਚੁਲੇਸ਼ਨਸ ਕੀਤਾ ਸਾਰਿਆਂ ਨੂੰ, ਵਧੀਆ ਮੋਟੀਵੇਟ ਕੀਤਾ ਸਾਰਿਆਂ ਨੂੰ। ਕਦੋਂ ਵਾਪਸੀ? ਕੋਈ ਖਾਸ ਮੈਸੇਜ? ਸਾਰਾ ਦੇਸ਼ ਤੁਹਾਡੇ ਤੇ ਬਹੁਤ ਮਾਣ ਕਰ ਰਿਹਾ ਹੈ, ਬੜੀ ਖੁਸ਼ੀ ਮਨਾ ਰਿਹਾ ਹੈ, ਕਿਉਂਕਿ ਬਹੁਤ ਵੱਡੀ ਜਿੱਤ ਹੈ ਲਗਾਤਾਰ ਦੋ ਓਲੰਪਿਕਸ ਦੇ ਵਿੱਚ। ਬਹੁਤ ਜ਼ਿਆਦਾ ਮਤਲਬ ਕਿ ਸਪੋਰਟ ਦਿਖਾਈ ਸਾਰਿਆਂ ਨੇ, ਜਦ ਅਸੀਂ ਦੇਖਦੇ ਹਾਂ ਮਤਲਬ ਕਿ ਬਾਅਦ ਸਾਨੂੰ ਪਤਾ ਲੱਗਦਾ ਕਿ ਇੰਨੇ ਦੋ ਹਾਕੀ ਖਿਡੌਣੀ ਇੰਨਾ ਪਿਆਰ ਕਰਦੇ ਨੇ, ਸੋ ਇੱਕ ਬਹੁਤ ਹੀ ਮਤਲਬ ਪ੍ਰਾਊਡ ਮੂਮੈਂਟ ਹੁੰਦਾ ਇੱਕ ਐਵਰੀ ਹਾਕੀ ਪਲੇਅਰ ਲਈ ਕਿ ਹਾਕੀ ਨੂੰ ਸਾਰੇ ਸਪੋਰਟ ਕਰਦੇ ਆ। ਸ਼ਮਸ਼ੇਰ, ਇੱਕ ਟਾਈਮ ਸੀਗਾ, ਇੱਕ ਟਾਈਮ ਦਬਦਬਾ ਸੀ, ਸਰਦਾਰੀ ਸੀ ਇੰਡੀਆ ਦੀ, ਲੱਗਦਾ ਕਿ ਉਹੀ ਸੁਨਹਿਰੀ ਯੁੱਗ ਵਾਪਸ ਆ ਰਿਹਾ? ਹਾਂਜੀ ਹਾਂਜੀ, ਜ਼ਰੂਰ ਜੀ, ਸੁਨਹਿਰੀ ਯੁੱਗ ਮਿੱਤਵਾਰੀ ਵਾਪਸ ਆ ਗਿਆ ਹੈ ਆਲਰੇਡੀ, ਜਿੱਦਾਂ ਆਪਾਂ ਬੈਕ ਟੂ ਬੈਕ ਬ੍ਰੌਂਜ਼ ਮੈਡਲ ਜਿੱਤੇ ਨੇ, ਵਾਕਿੰਗ ਫਿਨਿਸ਼ ਕੀਤਾ ਬੈਕ ਟੂ ਬੈਕ ਮੈਡਲ ਸੀ ਓਲੰਪਿਕਸ 'ਚ, ਅਤੇ ਇੱਕ ਬਹੁਤ ਹੀ ਮਤਲਬ ਇੱਕ ਪ੍ਰਾਊਡ ਵਾਲੀ ਮੂਵਮੈਂਟ ਹਰ ਇੱਕ ਇੰਡੀਅਨ ਲਈ, ਸਾਰਿਆਂ ਲਈ, ਸਾਰੇ ਪੰਜਾਬ ਵਾਸੀਆਂ ਲਈ, ਅਤੇ ਸੁਨਹਿਰੀ ਯੁੱਗ ਜ਼ਰੂਰ ਵਾਪਸ ਆਊਗਾ, ਅੱਗੇ ਹੋਰ ਮਿਹਨਤ ਕਰਾਂਗੇ। ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ, ਥੈਂਕ ਯੂ, ਥੈਂਕ ਯੂ, ਬਹੁਤ ਵਧੀਆ ਮਹਿਸੂਸ ਹੋ ਰਿਹਾ ਸਰ, ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ। ਸ਼ਮਸ਼ੇਰ ਨਾਲ ਗੱਲ ਕੀਤੀ, ਉਹ ਵੀ ਕੁਛ ਅਸੀਂ ਕੁਛ ਹਾਂ, ਅਤੇ ਪਹਿਲਾਂ ਸਾਨੂੰ ਹੋਇਆ ਸੀ ਥੋੜ੍ਹਾ ਜਿਹਾ ਜਦੋਂ ਹਾਰੇ ਸੀ ਮਹਿਸੂਸ ਹੋਇਆ ਸੀ, ਫਿਰ ਉਹਨਾਂ ਨੂੰ ਆਖਿਆ ਵੀ ਖੇਡੋ ਬੇਟਾ ਆਪਣਾ, ਖੇਡ ਕੇ ਤੁਸੀਂ ਪ੍ਰਦਰਸ਼ਨ ਕਰਕੇ ਮੈਡਲ ਲੈ ਕੇ ਆਓ, ਬਰੌਂਜ ਮੈਡਲ ਹੀ ਤੁਹਾਡਾ ਗੋਲਡ ਵਾਲਾ ਹੋਏਗਾ, ਉਹ ਲੈ ਕੇ ਆਏ ਨੇ, ਇਹੋ ਗੱਲਬਾਤ ਚੱਲੀ ਆ ਜੀ। ਅਤੇ ਤੁਹਾਡੀ ਗੱਲਬਾਤ ਹੋਈ ਸ਼ਮਸ਼ੇਰ ਸਿੰਘ ਨਾਲ, ਟੀਮ ਦਾ ਕਿਸ ਤਰ੍ਹਾਂ ਮਨੋਬਲ ਹੈ, ਕਿਉਂਕਿ ਜਦੋਂ ਜਰਮਨੀ ਨਾਲ ਹਾਰ ਹੋਈ ਸੀਗੀ ਤਦ ਜ਼ਰੂਰ ਕਿਤਨਾ ਕਿਤੇ ਸਾਡੀ ਸਰ ਟੀਮ ਦੇ ਹੌਸਲੇ ਟੁੱਟੇ ਨਹੀਂ ਗਏ, ਹੌਸਲੇ ਬੁਲੰਦ ਰਹੇ ਨੇ, ਸਾਡੀ ਟੀਮ 10 ਪਲੇਅਰਾਂ ਨਾਲ ਵੀ ਖੇਡੀ ਆ, 9 ਪਲੇਅਰਾਂ ਨਾਲ ਵੀ ਖੇਡੀ ਆ, ਉੱਧਰ ਉੱਧਰ ਜਿੱਤ ਕੇ ਜਿੱਤ ਵਿਖਾਈ ਉਹਨਾਂ ਨੇ ਆਪਣੀ ਜੀ। ਅਤੇ ਜਿਹੜੇ ਟੀਮ ਦੇ ਸਰਪੰਚ ਸਾਹਿਬ ਉਰਫ ਹਰਬਣਪ੍ਰੀਤ ਸਿੰਘ ਜਿਸ ਨੂੰ ਕਿਹਾ ਜਾਂਦਾ, 10 ਗੋਲ ਕੀਤੇ ਆ, ਉਹਨਾਂ ਦੇ ਖੇਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੀ ਬਹੁਤ ਵਧੀਆ ਡਰੈਕ ਫਲਿਕਰ ਨੇ ਜੀ, ਪਿੱਛੋਂ ਟੀਮ ਕਮਾ ਕੇ ਦਿੰਦੀ ਆ, ਉਹ ਡਰੈਕ ਫਲਿਕਰ ਮਾਰਦੇ ਨੇ, ਗੋਲ ਮਾਰਦੇ ਨੇ, ਉਹਨਾਂ ਦੇ ਬਹੁਤ ਵਧੀਆ ਅੱਜ ਤੱਕ ਡਰੈਕ ਫਲਿਕਰ ਹੀ ਉਹ ਹਰਮਨਪ੍ਰੀਤ ਸਿੰਘ ਨੇ, ਦੂਜੇ ਦੋ ਮੈਚਾਂ 'ਚ ਬਾਹਰ ਰਹੇ ਨੇ। ਹਾਂਜੀ ਸਰ, ਵੀ ਲੱਕ ਦੇ ਸ਼ਮਸ਼ੀਰ ਸਿੰਘ ਰਹਿੰਦਾ ਕਿੱਦਾਂ ਹੈਂਡਲ ਕਰਦਾ ਰਹੇ ਗੇਮ ਨੂੰ ਪੂਰੀ ਨੂੰ? ਪੂਰਾ ਵੇਖੋ ਜੀ, ਪਹਿਲਾਂ ਸਾਡਾ ਕੋਈ ਵੀ ਚੀਜ਼ ਲਿਆਉਣੀ, ਹਾਕੀ ਲਿਆਉਣੀ, ਸਾਨੂੰ ਇੱਥੋਂ ਹਾਕੀ ਤੱਕ ਨਹੀਂ ਖਿਲਦੇਗੀ, ਅਸੀਂ ਅੰਮ੍ਰਿਤਸਰ ਤੋਂ ਲਿਆਉਣੀ ਆ, ਜੋ ਵੀ ਕਰਨਾ ਅੰਮ੍ਰਿਤਸਰ ਤੋਂ ਲਿਆਉਣਾ, ਹੁਣ ਗਰਾਊਂਡ ਵਾਸਤੇ ਬੱਚੇ ਬਹੁਤ ਆ ਰਹੇ, 100 ਦੇ ਤਕਰੀਬਨ ਤੁਹਾਨੂੰ ਕਿਹਾ ਬੱਚਾ ਹੈ ਇਸ ਟਾਈਮ 'ਤੇ, ਉਹਨਾਂ ਵਾਸਤੇ ਅਸੀਂ ਉਹ ਮੰਗ ਕਰ ਰਹੇ ਹਾਂ ਕਿ ਸਾਡੀ ਗਰਾਊਂਡ ਦੇ ਵਿੱਚ ਟਰਫ ਲੱਗੀ ਜਾਵੇ, ਸਾਡੇ ਬੱਚੇ ਤੋਂ ਹੋਰ ਖੇਡਣ, ਸ਼ਮਸ਼ੇਰ ਵਰਗੇ ਹੋਰ ਪਲੇਅਰ ਨਿਕਲਣ ਇੱਥੋਂ ਜੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਹਰ ਇੱਕ ਕਰੋੜ ਦਾ ਐਲਾਨ ਕੀਤਾ ਗਿਆ, ਉਸ ਚੀਜ਼ ਨੂੰ ਕਿੱਦਾਂ ਦੇਖ ਰਹੇ ਹੋ, ਸਹੀ ਹੈ ਜੀ? ਵੇਖੋ ਜੀ, ਮੁੱਖ ਮੰਤਰੀ ਭਗਵੰਤ ਮਾਨ ਜਿਹੜਾ, ਭਗਵੰਤ ਮਾਨ ਸਰ
ਆਪ ਹੀ ਸਪੋਰਟਸ ਨੂੰ ਖੁਦ ਬਹੁਤ ਵਧੀਆ ਕਰਦੇ ਨੇ, ਮੈਚ ਸਾਰੇ ਦੇਖਦੇ ਰਹੇ ਨੇ, ਮੈਚ ਇਕੱਲੇ ਇਕੱਲਾ ਮੈਚ ਇਕੱਲੇ ਇਕੱਲੇ ਪਲੇਅਰ ਦਾ ਉਹਨਾਂ ਨਾਮ ਚੇਤਾ ਹੈ ਯਾਦ ਹੈ, ਅਸੀਂ ਉਹ ਉਹਨਾਂ ਕਰੀ ਅਪੀਲ ਕਰਦੇ ਹਾਂ ਕਿ ਥੋੜ੍ਹਾ ਜਿਹਾ ਨਾਮੀ ਰਾਸ਼ੀ ਵਧਾਈ ਜਾਵੇ। ਸਰ ਜੇ ਗੱਲ ਕਰੀਏ ਬਾਕੀ ਸਰਕਾਰਾਂ ਦੀ, ਹਰਿਆਣਾ ਦੀ, ਉੜੀਸਾ ਦੀ, ਉਹ ਬ੍ਰੋਂਜ਼ ਮੈਡਲ ਜਿੱਤਣ ਵਾਲੇ 3-3 ਕਰੋੜ ਰੁਪਇਆ ਦੇ ਰਹੇ ਨੇ, ਕੀ ਲੱਗਦਾ? ਕਿਉਂਕਿ ਇਹ ਪੰਜਾਬ ਦੀ ਗੱਲ ਕਰੀਏ, 10 ਖਿਡਾਰੀ ਹਾਕੀ ਦੇ ਪੰਜਾਬ ਤੋਂ ਸੰਬੰਧ ਰੱਖਦੇ ਨੇ। ਹਾਂਜੀ ਸਰ, ਵੇਖੋ ਯਾਰ ਕੀ ਦੱਸਾਂ, ਪਲੇਅਰਾਂ ਦੇ ਵਿੱਚ ਕਮਾਲ ਕੀਤੀ ਆ ਅਤੇ ਮੈਡਲ ਲੈ ਕੇ ਆਏ ਨੇ। ਸਾਡਾ ਸਰਕਾਰ ਨੂੰ ਇਹੋ ਜੋ ਹੈਗੀ ਅਪੀਲ ਸਰ ਕਰਨਗੇ ਜੀ, ਭਗਵੰਤ ਮਾਨ ਸਾਹਿਬ ਵੀ ਕਰਨਗੇ, ਉਹਨਾਂ ਨੂੰ ਵੇਖ ਕੇ 3 ਕਰੋੜ ਦੇਣਗੇ, ਜ਼ਰੂਰ ਦੇਣਗੇ ਉਹ ਵੀ ਜੀ। ਕੀ ਮੰਗ ਕਰਦੇ ਹੋ ਕਿ ਪਿੰਡ ਵਿੱਚ ਵਧੀਆ ਸਟੇਡੀਅਮ ਬਣਨਾ ਚਾਹੀਦਾ? ਹਾਂਜੀ, ਸਟੇਡੀਅਮ ਬਣੇ ਜਾ, ਆਲਰੇਡੀ ਸ਼ਮਸ਼ੇਰ ਦੇ ਨਾਲ ਜੀ ਸਟੇਡੀਅਮ ਪਹਿਲੀ ਸਰਕਾਰ ਨੇ ਕੀਤਾ ਹੈ ਜੀ, ਉੱਥੇ ਟਰਫ ਦੀ ਮੰਗ ਕਰ ਰਹੇ ਸੀ ਹੁਣ ਜੀ। ਹਾਂਜੀ, ਟਰਫ ਜਦੋਂ ਸ਼ਮਸ਼ੇਰ ਸਿੰਘ ਆਊਗਾ ਪਿੰਡ, ਕਿਸ ਨਾਲ ਸਵਾਗਤ ਕੀਤਾ ਜਾਊਗਾ? ਬਹੁਤ ਵਧੀਆ ਸਵਾਗਤ ਕੀਤਾ ਜਾਏਗਾ ਜੀ, ਉਹਨੂੰ ਲੈਣ ਜਾਵਾਂਗੇ, ਢੋਲ ਢਮਾਕੇ ਨਾਲ ਲੈ ਕੇ ਆਵਾਂਗੇ, ਸਾਰੇ ਰਿਸ਼ਤੇਦਾਰ ਇਕੱਠੇ ਹੋਣਗੇ, ਪਿੰਡ ਵਾਲੇ ਇਕੱਠੇ ਹੋਣਗੇ, ਗਰਾਊਂਡ ਵਾਲੇ ਆਉਣਗੇ, ਸਾਰੇ ਕੁਛ ਸਾਹਿਬ ਆਉਣਗੇ, ਉਹਨੂੰ ਧੁੰਮ ਧੜ ਕੇ ਲੈ ਕੇ ਆਵਾਂਗੇ ਜੀ।